ਸਤਿ ਸ੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਖਬਰਾਂ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕਰਨ ਲਈ ਤੁਹਾਡੇ ਰੂਬਰੂ ਹੋਏ ਹਾਂ ਇਸ ਦੌਰਾਨ ਤੁਸੀਂ ਵੀ ਕਾਲਿੰਗ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਸਾਡੇ ਨਾਲ ਅਖਬਾਰਾਂ ਦੀਆਂ ਸੁਰਖੀਆਂ ਦੇ ਮੁਤਾਬਕ ਅਜੀਬ ਦੀ ਗੱਲ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ 550ਵਾਂ ਪ੍ਰਕਾਸ਼ ਪੁਰਬ ਜਿਹੜਾ ਰਾਜ ਪਦਰੀ ਮਨਾਇਆ ਜਾ ਰਿਹਾ ਸੁਲਤਾਨਪੁਰ ਲੋਧੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਰਾਜਪਦਰ ਤੇ ਸਮਾਰੋਹ ਕਰਵਾਏ ਜਾਣਗੇ ਜਿਸ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਵੀ ਸ਼ਾਮਲ ਹੋਣਗੇ ਇਸ ਨੂੰ ਲੈ ਕੇ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਅਤੇ ਅੱਜ ਉਹਨਾਂ ਸਵਾਗਮਾਂ ਦੇ ਵਿੱਚ ਕੀਰਤਨ ਸਮਾਰ ਵੀ ਕਰਵਾਏ ਜਾਣਗੇ ਇਸ ਤੋਂ ਇਲਾਵਾ ਅਜੀਤ ਦੀ ਵੱਡੀ ਖਬਰ ਦੀ ਗੱਲ ਕਰ ਲੈਣੇ ਆ ਕਿ ਸ਼ਿਵ ਸੈਨਾ ਨੂੰ ਹੋਰ ਸਮਾਂ ਦੇਣ ਤੋਂ ਇਨਕਾਰ ਰਾਜਪਾਲ ਨੇ ਐਨਸੀਪੀ ਨੂੰ ਦਿੱਤਾ ਸੱਦਾ ਇਹ ਮਹਾਰਾਸ਼ਟਰ ਦਾ ਘਮਾਸਾਨ ਹੈ ਕਿ ਉੱਥੇ ਸੱਤਾ ਦੇ ਵਿੱਚ ਆਉਣ ਲਈ ਸ਼ਿਵ ਸੈਨਾ ਵੱਲੋਂ ਜਿਹੜੇ ਹੱਥ ਪੈਰ ਮਾਰੇ ਜਾ ਰਹੇ ਸੀ ਉਹਨਾਂ ਦੇ ਉੱਤੇ ਹੁਣ ਜਿਵੇਂ ਕਹਿ ਲਓ ਕਿ ਰੋਕ ਲੱਗ ਗਈ ਹੈ ਕਿ ਸ਼ਿਵ ਸੈਨਾ ਨੂੰ ਕਾਂਗਰਸ ਨੇ ਸਮਰਥਨ ਨਹੀਂ ਦਿੱਤਾ ਤੇ ਨੈਸ਼ਨਲ ਕਾਂਗਰਸ ਪਾਰਟੀ ਐਨਸੀਪੀ ਨੂੰ ਸੱਦਾ ਦਿੱਤਾ ਗਿਆ ਸ਼ਿਵ ਸੈਨਾ ਦਾ ਸਮਾ ਖਤਮ ਹੋ ਚੁੱਕਿਆ ਜਦ ਕਿ ਸ਼ਿਵ ਸੈਨਾ ਦੇ ਕੇਂਦਰੀ ਮੰਤਰੀ ਵੱਲੋਂ ਵੀ ਭਾਜਪਾ ਤੋਂ ਸਮਰਥਨ ਵਾਪਸ ਲੈ ਕੇ ਆਇਆ ਇੰਦਾ ਕਹਿ ਲਓ ਕਿ ਉਹ ਕੇਂਦਰ ਵਿੱਚੋਂ ਵਾਪਸ ਵੀ ਆ ਗਏ ਨੇ ਤੇ ਅੱਜ ਤੱਕ ਦਾ ਜੋ ਸਮਾ ਦੇ ਪ੍ਰਧਾਨ ਤਖਤ ਦਿੱਤਾ ਗਿਆ ਸੀ ਉਹ ਸ਼ਿਵ ਸੈਨਾ ਦੇ ਕੋਲੇ ਉਹ ਆਪਣਾ ਜਿਹੜਾ ਬਹੁਮਤ ਹੈ ਉਹ ਸਾਬਤ ਕਰਨ ਦੇ ਵਿੱਚ ਸ਼ਿਵ ਸੈਨਾ ਨਾ ਕਾਮ ਰਹੀ ਹੈ ਇੱਕ ਵੱਡੀ ਖਬਰ ਪੰਜਾਬੀ ਟ੍ਰਿਬਿਊਨ ਦੀ ਗੱਲ ਕਰਦੇ ਆ ਉੱਥੇ ਰਾਜੂਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ ਪਿਛਲੇ ਸਮੇਂ ਦੌਰਾਨ ਜਿਹੜੀਆਂ ਖਬਰਾਂ ਆਈਆਂ ਸੀ ਕਿ ਰਾਜੂਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਗਈ ਹੈ ਤੇ ਉਹਨਾਂ ਹੁਕਮਾਂ ਨੂੰ ਕਦੋਂ ਲਾਗੂ ਕੀਤਾ ਜਾਵੇਗਾ ਉਹਨਾਂ ਬਾਰੇ ਵਿਚਾਰ ਚੱਲ ਰਹੀ ਸੀ ਹਾਲਾਂਕਿ ਸਰਕਾਰ ਦੇ ਵਿੱਚ ਜਿਹੜੇ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਰਵਨੀਤ ਬਿੱਟੂ ਬੀ ਆਨ ਸਿੰਘ ਦੇ ਪੁੱਤੇ ਨੇ ਉਹਨਾਂ ਨੇ ਕਾਫੀ ਇਸ ਦਾ ਵਿਰੋਧ ਕੀਤਾ ਸੀ ਜੋ ਵੱਡੇ ਪੱਧਰ ਤੇ ਇਸ ਮਸਲੇ ਨੂੰ ਉਠਾਉਣਗੇ ਤੇ ਉਹ ਨਹੀਂ ਚਾਹੁੰਦੇ ਕਿ ਬਿਆਨ ਸਿੰਘ ਦੀ ਸਜ਼ਾ ਫਾਂਸੀ ਦੀ ਜਿਹੜੀ ਸਜ਼ਾ ਆ ਉਹ ਮਾਫ ਕੀਤੀ ਜਾਵੇ ਪਰ ਹੁਣ ਬਿਆਨ ਸਿੰਘ ਦੀ ਉਹ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਆਖਿਰਕਾਰ ਬਦਲ ਦਿੱਤਾ ਗਿਆ ਹੈ ਜਗ ਬਾਣੀ ਦੇ ਵਿੱਚ ਵੀ ਸ਼ਿਵ ਸੈਨਾ ਬਾਰੇ ਖਬਰਾਂ ਛਪੀਆਂ ਹੋਈਆਂ ਹਨ ਫਰੰਟ ਪੇਜ ਦੇ ਉੱਤੇ ਤੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਹੈ ਕਿ ਰਾਮ ਮੰਦਰ ਦੀ ਉਸਾਰੀ ਦਾ ਜਿਹੜਾ ਮਸਲਾ ਆ ਉਹਦੇ ਉੱਤੇ ਟਰਸਟ ਬਣਾਉਣ ਲਈ ਸਰਕਾਰ ਨੇ ਕਦਮ ਵਧਾ ਦਿੱਤੇ ਨੇ 3 ਮਹੀਨਿਆਂ ਦਾ ਸਮਾਂ ਸੁਪਰੀਮ ਕੋਰਟ ਨੇ ਦਿੱਤਾ ਸੀ ਕੇਂਦਰ ਸਰਕਾਰ ਨੂੰ ਕੇਸ ਉੱਤੇ ਟਰਸਟ ਬੜਾ ਆ ਚਾਹੀ। ਇੱਕ ਹੋਰ ਗੱਲ ਹੈ ਮੌਸਮ ਦੇ ਨਾਲ ਜੁੜੀ ਹੈ ਜਿਹੜੀ ਕਿ ਪਹਾੜਾਂ ਉੱਤੇ ਬਰਫਬਾਰੀ ਦੇ ਕਾਰਨ ਮੈਦਾਨਾਂ ਵਿੱਚ ਠੰਡ ਹੈ ਜਗਬਾਣੀ ਦੀ ਖਬਰ ਹੈ ਤੇ ਕੰਟਰੋਲ ਰੇਖਾ ਦੇ ਨੇੜੇ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਚੁਕਿਆ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕਈ ਉੱਪਰਲੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਵਰਖਾ ਬਾਰੀ ਹੋਣ ਦੇ ਨਾਲ ਪੰਜਾਬ ਹਰਿਆਣਾ ਤੇ ਹੋਰ ਥਾਵਾਂ ਤੋਂ ਵੀ ਉੱਥੇ ਜਿਹੜੇ ਯਾਤਰੀ ਪਹੁੰਚ ਰਹੇ ਨੇ ਉਹ ਪਰਫ ਦਾ ਨਜ਼ਾਰਾ ਵੀ ਲੈ ਰਹੇ ਨੇ ਇੱਕ ਦੁਖਦ ਖਬਰ ਹੈ ਕਿ ਲਤਾ ਮੰਗੇਸ਼ਕਰ ਸੰਗੀਤ ਜਗਤ ਨਾਲ ਜੁੜੀ ਵੱਡੀ ਹਸਤੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ 90 ਵਰਿਆਂ ਦੀ ਉਮਰ ਲਤਾ ਮੰਗੇਸ਼ਕਰਦੀ ਹੈ ਬੀਤੇ ਵਿੱਚ ਉਹਨਾਂ ਨੇ ਆਪਣਾ ਜਨਮ ਦਿਨ ਵੀ ਮਨਾਇਆ ਸੀ ਸਤੰਬਰ ਦੇ ਵਿੱਚ ਤੇ ਹੁਣ ਉਹਨਾਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀਆਂ ਖਬਰਾਂ ਨੇ ਉਹਨਾਂ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਉੱਥੇ ਖਬਰ ਹੈ ਕਿ ਜੀਐਨਯੂ ਵਿਦਿਆਰਥੀਆਂ ਦੇ ਵੱਲੋਂ ਫੀਸ ਵਿੱਚ ਵਾਧੇ ਦੇ ਖਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਦਿੱਲੀ ਦੇ ਵਿੱਚ ਜੀਐਨਯੂ ਯੂਨੀਵਰਸਿਟੀ ਹੈ ਤੇ ਯੂਨੀਵਰਸਿਟੀ ਦਾ ਨਵਾਂ ਪੋਸਟਲ ਮੈਨੂਅਲ ਰੱਦ ਕਰਨ ਦੀ ਵੀ ਮੰਕ ਕੀਤੀ ਗਈ ਹੈ ਇਹ ਉਹ तमाम ਵੱਡੀਆਂ ਖਬਰਾਂ ਨੇ ਇੱਕ ਹੋਰ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ ਇਹ ਜਗ ਬਾਣੀ ਦੇ ਵਿੱਚ ਇਹ ਖਬਰ ਲੱਗੀ ਹੈ ਕਿ ਉਸ ਨਗਰ ਕੀਰਤਨ ਦੇ ਵਿੱਚ ਚਾਕੀਆਂ ਪੇਸ਼ ਕੀਤੀਆਂ ਗਈਆਂ ਜਾਗੋ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਇਸ ਤਰ੍ਹਾਂ ਦੀਆਂ ਜੋ ਚਾਕੀਆਂ ਪੇਸ਼ ਕੀਤੀਆਂ ਗਈਆਂ ਇਹਦੇ ਲਈ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਜਵਾਬ ਦੇਣਾ ਹੋਵੇਗਾ ਜੀ ਬਿਲਕੁਲ ਜਵਾਬ ਵੀ ਦੇਣਾ ਬਣਦਾ ਆ ਇਹਨਾਂ तमाम ਖਬਰਾਂ ਦੇ ਉੱਤੇ ਮੇਰੇ ਨਾਲ ਚਰਚਾ ਕਰਨਗੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਜਪੁਰ ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਆ ਪਰਮਿੰਦਰ ਸਵਾਗਤ ਹੈ ਤੁਹਾਡਾ ਧੰਨਵਾਦ ਸੁਖਿੰਦਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਪਰਮਿੰਦਰ ਸਭ ਤੋਂ ਪਹਿਲਾਂ ਅਸੀਂ ਗੱਲ ਰਾਜਵਾਨਾ ਦੀ ਖਬਰ ਦੇ ਨਾਲ ਹੀ ਕਰ ਲਿਆ ਰਾਜਵਾਨਾ ਦੀ ਖਬਰ ਪੰਜਾਬੀ ਟ੍ਰਿਬਿਊਨ ਦੇ ਵਿੱਚ छਪੀ ਹੈ ਕਿ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਜਿਹੜੀ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਾਹਤ ਵਾਲੀ ਫਾਈਲ ਮੁੱਖ ਮੰਤਰੀ ਕੋਲ ਪਹੁੰਚ ਚੁੱਕੀ ਹੈ ਕਾਫੀ ਵਿਰੋਧ ਹੋਇਆ ਸੀ ਪੰਜਾਬ ਦੇ ਵਿੱਚ ਇਸ ਦਾ ਰਵਨੀਤ ਬਿੱਟੂ ਵੀ ਵਿਰੋਧ ਵਿੱਚ ਉੱਠੇ ਸਨ ਤੇ ਕੈਪਟਨ ਨੇ ਕਿਹਾ ਸੀ ਕਿ ਉਹਨਾਂ ਨੇ ਤਾਂ ਇੱਕ ਲਿਸਟ ਭੇਜੀ ਹੈ ਨਾਵਾਂ ਦੀ ਕਿ ਕਿੰਨਾਂ ਦੀ ਸਜ਼ਾ ਮਾਫ਼ ਕੀਤੀ ਜਾ ਸਕਦੀ ਹੈ ਉਹਦੇ ਵਿੱਚ ਰਾਜੂਆਣਾ ਦਾ ਨਾਮ ਵੀ ਸ਼ਾਮਿਲ ਸੀਗਾ ਕਿਸ ਤਰ੍ਹਾਂ ਦੇਖਦੇ ਹਾਂ ਆ ਦੇਖੋ ਲਗਾਤਾਰ ਜਿਹੜਾ ਪਹਿਲਾਂ ਆਪਾਂ ਗੱਲ ਕਰਦੇ ਜਦੋਂ ਸ਼ੁਰੂਆਤ ਹੋਈ ਹੈ ਦੀ ਭਾਵੇਂ ਕਿ ਰਾਜੂਆਣਾ ਵੱਲੋਂ ਕੋਈ ਇਸ ਤਰ੍ਹਾਂ ਦੀ ਅਪੀਲ ਦਲੀਲ ਨਹੀਂ ਕੀਤੀ ਗਈ ਸੀ ਜਦੋਂ ਸ਼ੁਰੂਆਤੀ ਦੌਰ ਰਿਹਾ ਹੈ ਜਦੋਂ ਆ 사ਜ਼ਾ ਮਦਰ ਕਹਿ ਲਓ ਪ੍ਰੋਸੈਸ ਜੇ ਸੀਗਾ ਕੇਸ ਇਹ ਸਾਰਾ ਕੋਰਟ ਦੇ ਵਿੱਚ ਸੀਗਾ ਹੂੰ ਤਾਂ ਉਦੋਂ ਰਾਜਵਾਨਾ ਵੱਲੋਂ ਕੋਈ ਵਕੀਲ ਵੀ ਜਿਹੜਾ ਹੈਗਾ ਆਪਣੇ ਪੱਖ ਚ ਲਈ ਆਪਣੇ ਪੱਖ ਦੇ ਲਈ ਖੜਾ ਨਹੀਂ ਕੀਤਾ ਗਿਆ ਸੀਗਾ ਹੂੰ ਉਸ ਤੋਂ ਬਾਅਦ ਲਗਾਤਾਰ ਰਾਜਵਾਨਾ ਵੱਲੋਂ ਇਹੀ ਬਿਆਨ ਆਉਂਦਾ ਰਿਹਾ ਹੈ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਅਪੀਲ ਨਹੀਂ ਕਰਨੀ ਕੋਈ ਮਾਫੀ ਨਹੀਂ ਕੋਈ ਸਜ਼ਾ ਮਾਫੀ ਦੀ ਨਹੀਂ ਗੱਲ ਕਰਨੀ ਮੈਨੂੰ ਫਾਂਸੀ ਦਿਓ ਮੰਗ ਵੀ ਕਰਦਾ ਰਿਹਾ ਸੀ ਕਿ ਮੈਨੂੰ ਫਾਂਸੀ ਦੇ ਦਿਓ ਹਾਂ ਪਰੰਤੂ ਪਿਛਲੇ ਕੁਝ ਸਾਲਾਂ 'ਚੋ ਦੇਖਿਆ ਗਿਆ ਕਿ ਸਿਕੰਦਰ ਜਿਵੇਂ ਜਿਵੇਂ ਸਰਕਾਰਾਂ ਦਾ ਰੁਖ ਨਰਮ ਹੋਇਆ ਜਾਂ ਕਹਿ ਲੋਗੇ ਪੰਜਾਬ ਵਿੱਚ ਰਾਜਵਾਨਾ ਪ੍ਰਤੀ ਹਮਦਰਦੀ ਪੈਦਾ ਹੁੰਦੀ ਗਈ ਜਿਵੇਂ ਜਿਵੇਂ ਰਾਜਵਾਨਾ ਦਾ ਜਿਹੜਾ ਆਪਾਂ ਕਹਿ ਸਕਦੇ ਇੱਕ ਸਟੈਂਡ ਸੀ ਉਹ ਵੀ ਥੋੜਾ ਚੇਂਜ ਹੁੰਦਾ ਨਜ਼ਰ ਆਇਆ ਹੂੰ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਜਦੋਂ ਫਾਂਸੀ ਸਜ਼ਾ ਹੋਈ ਸੀਗੀ ਉਦੋਂ ਇੱਕਦਮ ਉਹਦੀ ਫਾਂਸੀ ਸਜ਼ਾ ਮੁਆਫੀ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਸਿੱਖ ਜਿਹੜੇ ਸੀਗੇ ਉਹ ਸੜਕਾਂ ਤੇ ਆਗੇ ਸੀ ਬੰਦ ਵੀ ਹੋਇਆ ਸੀਗਾ ਮਨ ਦੱਸ ਦਿੰਦਾ ਗਿਆ ਸੀ ਹਮ ਲੇਕਿਨ ਪਿੱਛੇ ਜੇ ਜਦੋਂ ਕੁਛ ਚਿੱਠੀਆਂ ਦਾ ਦੌਰ ਸ਼ੁਰੂ ਹੋਇਆ ਜੇਲ੍ਹ ਜੇਲ੍ਹ ਦੇ ਅੰਦਰੋਂ ਰਾਜੂ ਆਣਾ ਵੱਲੋਂ ਉਤੋਂ ਲੈ ਕੇ ਉਹਦੀ ਜਿਹੜੀ ਭੈਣ ਹੈ ਕਮਲਜੀਤ ਕੌਰ ਉਹਦੇ ਵੱਲੋਂ ਚੋਣ ਲੜਨ ਤੱਕ ਦਾ ਐਲਾਨ ਹੋਇਆ ਉਸ ਤੋਂ ਬਾਅਦ ਅਕਾਲੀ ਦਲ ਦੇ ਪੱਖ ਵਿੱਚ ਵੀ ਬਿਆਨ ਆਇਆ ਰਾਜੂ ਆਣ ਦਾ ਤੇ ਹੁਣ ਜਿਹੜੀ ਹੈਗੀ ਇੱਕਦਮ ਜਦੋਂ ਇਸ ਐਨਡੀਏ ਸਰਕਾਰ ਵੱਲੋਂ ਭਾਜਪਾ ਦੀ ਸਰਕਾਰ ਵੱਲੋਂ ਇਕਦਮ ਇਹ ਕਿਹਾ ਗਿਆ ਕਿ ਜਿਹੜੇ ਬੰਦੀ ਨੇ ਉਹਨਾਂ ਦੀ ਰਿਹਾਈ ਹੋਏਗੀ ਸਿੱਖ ਕੈਦੀ ਨੇ ਜਿਹੜੇ ਉਮਰਾਂ ਬਿਹਾ ਚੁੱਕੇ ਨੇ ਜਾਂ ਜੇਲ੍ਹਾਂ ਚ ਛੜ ਰਹੇ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਉਹਦੇ ਵਿੱਚ ਰਾਜੂਵਾਨੇ ਦਾ ਜ਼ਿਕਰ ਵੀ ਆਇਆ ਕਿ ਜਿਹੜੀ ਉਹਦੀ ਫਾਂਸੀ ਸਜ਼ਾ ਉਹਨੂੰ ਵੀ ਨਰਮੀ ਨਾਲ ਦੇਖਿਆ ਜਾਊਗਾ ਤੇ ਉਹ ਉਮਰ ਕੈਦ ਵਿੱਚ ਬਦਲੀ ਜਾਊਗੀ ਇਸ ਉੱਤੇ ਵੀ ਰਾਜੂਵਾਨੇ ਦਾ ਕੋਈ ਬਿਆਨ ਨਹੀਂ ਸੀ ਆਇਆ ਇੱਥੋਂ ਤੱਕ ਕਿ ਉਹਦੀ ਉਹਨਾਂ ਦੀ ਭੈਣ ਨੇ ਵੀ ਕੋਈ ਖਾਸ ਜਿਹੜੀ ਹੈਗੀ ਟਿੱਪਣੀ ਕਰਨ ਤੋਂ ਇਨਕਾਰ ਹੀ ਕਰਤਾ ਸੀਗਾ ਤੇ ਉਹਦਾ ਵਿਰੋਧ ਕਾਂਗਰਸ ਵੱਲੋਂ ਲਗਾਤਾਰ ਹੋ ਰਿਹਾ ਸੀਗਾ ਜਿਹੜਾ ਰਵਨੀਤ ਬਿੱਟੂ ਨੇ ਮੈਂ ਕਹਿ ਲਵਾਂ ਆਪਾਂ ਵੀ ਹਾਂ ਬੜਾ ਦ੍ਰਿੜ ਹੋ ਕੇ ਇਹ ਵਿਰੋਧ ਕੀਤਾ ਸੀ ਕਿ ਇਹਦੀ ਸਜ਼ਾ ਜਿਹੜੀ ਮਾਫੀ ਨਹੀਂ ਹੋਣੀ ਚਾਹੀਦੀ ਆ ਫਾਂਸੀ ਦੀ ਸਜ਼ਾ ਜਹਾਜ਼ ਰਹਿਣੀ ਚਾਹੀਦੀ ਬਰਕਰਾਰ ਹਾਲਾਂਕਿ ਰਵਨੀਤ ਬਿੱਟੂ ਦੀ ਭੈਣ ਨੇ ਇਸ ਦਾ ਸਮਰਥਨ ਕਰ ਦਿੱਤਾ ਹਾਂ ਉਹ ਆਪਸੀ ਚਲੋ ਉਹਨਾਂ ਦੇ ਪਰਿਵਾਰ ਜੋ ਇੱਕ ਮੈਂਬਰ ਨੇ ਵੀ ਕਿਹਾ ਸੀ ਕਿ ਜੇ ਉਹਦੀ ਸਜ਼ਾ ਮਾਫੀ ਹੁੰਦੀ ਹੈ ਜਾਂ ਉਮਰ ਕੈਦ ਵਿੱਚ ਤਬਦੀਲ ਹੁੰਦੀ ਹੈ ਫਾਂਸੀ ਦੀ ਸਜ਼ਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਬਿਲਕੁਲ ਇਹਦੇ ਬਾਰੇ ਬਕਾਇਦਾ ਤੌਰ ਤੇ ਰਵਨੀਤ ਵੀ ਟੂਲ ਨੂੰ ਚਿੱਠੀ ਵੀ ਲਿਖੀ ਗਈ ਹੈ ਕੈਪਟਨ ਨੂੰ ਵੀ ਗਿਆ ਗਿਆ ਸੈਂਟਰ ਗਵਰਨਮੈਂਟ ਨੂੰ ਚਿੱਠੀ ਦਿੱਤੀ ਗਈ ਹੈ ਦੀ ਫਾਂਸੀ ਸਜ਼ਾ ਜਿਹੜੀ ਹੈਗੀ ਹੈ ਉਹ ਮਾਫਨਾ ਕੀਤੀ ਜਾਵੇ ਲੇਕਿਨ ਉਹਦੇ باوجود ਵੀ ਜਿਹੜਾ ਵੱਡਾ ਕਦਮ ਇਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਆ ਗਿਆ ਹੈ ਇਹਦੇ ਵਿੱਚ ਇੱਕ ਗੱਲ ਉਹਨਾਂ ਨੇ ਜਿਹੜਾ ਇੱਕ ਇਹਦਾ ਉਹ ਬਣਾਇਆ ਹੈ ਵੀ ਪੱਖ ਕੀ ਹੈ ਇਦਾਂ ਦਾ ਵਿਰੋਧ ਦੇ باوجود ਵੀ ਜਿੱਥੇ ਫਾਂਸੀ ਸੇ ਦਾ ਵਿਰੋਧ ਹੋਇਆ ਹੈ ਤੇ ਮੌਜੂਦਾ ਸਰਕਾਰ ਵਿੱਚ ਜਿਹੜੇ ਪਾਰਟੀ ਦਾ ਨਾ ਕਹਿ ਲੋ ਵੀ ਮੌਜੂਦ ਹੈ ਉਹਨੇ ਵਿਰੋਧ ਕੀਤਾ ਸੀਗਾ ਕਾਂਗਰਸ ਪਾਰਟੀ ਜਿਹਦੀ ਸਰਕਾਰ ਹੈ ਪੰਜਾਬ ਵਿੱਚ ਪੰਜਾਬ ਵਿੱਚ ਉਹਦੇ ਵੱਲੋਂ ਵਿਰੋਧ ਕੀਤਾ ਗਿਆ ਉਹਦੇ باوجود ਵੀ ਇਹ ਇਹ ਗੱਲ ਕੀਤੀ ਗਈ ਹੈ ਕਿ 550 ਸਾਲਾਂ ਜਿਹੜਾ ਪ੍ਰਕਾਸ਼ਪੁਰਬ ਹੈ ਗੁਰੂ ਨਾਨਕ ਸਾਹਿਬ ਦਾ ਉਹਦੇ ਅ ਸੰਦਰਭ ਦੇ ਵਿੱਚ ਸਾਰੇ ਕੈਦੀਆਂ ਨਾਲ ਨਰਮੀ ਵਰਤੀ ਗਈ ਹੈ ਜਿਦੇ ਵਿੱਚ ਰਾਜੋਆਣਾ ਵੀ ਸ਼ਾਮਿਲ ਹੈ ਇਸ ਕਰਕੇ ਉਹਦੀ ਜਿਹੜੀ ਸਜ਼ਾ ਉਹ ਮਾਫ ਕੀਤੀ ਗਈ ਹੈ ਜੀ ਬਿਲਕੁਲ ਸੋ ਵੱਡੀ ਗੱਲ ਇੱਕ ਰਾਹਤ ਦੀ ਵੀ ਗੱਲ ਹੈ ਸਮੂਚਾ ਸਿੱਖ ਪਾਈਚਾਰਾ ਜਿਹੜਾ ਹੈਗਾ ਇਸ ਆ ਭਾਵਨਾ ਨਾਲ ਵੀ ਜੁੜਿਆ ਹੋਇਆ ਸੀ ਕਿ ਫਾਂਸੀ ਦੀ ਸਜ਼ਾ ਘੱਟੋ-ਘੱਟ ਉਹ ਮਾਫ ਹੋ ਜੇ ਜਿਹਦੇ ਲਈ ਉਹ ਸੰਘਰਸ਼ ਵੀ ਕਰਦੇ ਰਹੇ ਐ ਸ਼੍ਰੋਮਣੀ ਕਾਲੀਦਾਲ ਵੱਲੋਂ ਚਿੱਠੀਆਂ ਲਿਖੀਆਂ ਜਾਂ ਸ਼੍ਰੋਮਣੀ ਕਮੇਟੀ ਨੇ ਵੀ ਅਫਰਟਸ ਕੀਤੇ ਤਾਂ ਉਹ ਜਿਹੜੀ ਗੱਲ ਹੁਣ ਅੱਜ ਪੂਰੀ ਹੋਈ ਆ ਉਹਨਾਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਿਹੜੀ ਇੱਕ ਲੈਟਰ ਹੁੰਦੀ ਆ ਉਹ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਆ ਅੱਗੇ ਦਾ ਕੀ ਰੁਖ ਇਸ ਦਾ ਬਣਦਾ ਇਸ ਚਿੱਠੀ ਦਾ ਜਾਂ ਇਸ ਸਜ਼ਾ ਮੁਆਫੀ ਦੇ ਐਲਾਨ ਦਾ ਕਿੰਨੀ ਦੇਰ ਤੱਕ ਇਹ ਅਨ ਇੱਕ ਐਲੋਬੀ ਅਪਲਾਈ ਹੁੰਦਾ ਜਾਂ ਕਿੰਨੀ ਦੇਰ ਇਹਦਾ ਪੱਕਰਿਆ ਜਾਂਦਾ ਕਿ ਕਿੰਨੀ ਦੇਰ ਜਿਹਦਾ ਵਿਰੋਧ ਹੁੰਦਾ ਹੈ ਦਫਤਰੀ ਕਾਰਵਾਈਆਂ ਜੋ ਹੋਣਗੀਆਂ ਬਿਲਕੁਲ ਹਾਂ ਕਿਹਨਾ ਵੱਲੋਂ ਵਿਰੋਧ ਹੁੰਦਾ ਉਹ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਦੱਸੇਗਾ ਜੀ ਬਿਲਕੁਲ 555 ਪ੍ਰਕਾਸ਼ਪੁਰੋਂ ਨੂੰ ਲੈ ਕੇ ਅੱਜ ਰਾਜਪਦਰੀ ਸਭਾਰੋ ਜਿਹੜਾ ਉੱਥੇ ਮਨਾਇਆ ਜਾ ਰਿਹਾ ਉਹਦੇ ਨਾਲ ਜੁੜੀ ਵੀ ਇਦਾਂ ਨਾਲ ਉਹ ਕਿ ਸਿੱਖ ਸਿੱਖਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਲਏ ਜਾ ਰਹੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸੁਲਤਾਨਪੁਰ ਲੋਧੀ ਵਿੱਚ ਆਉਣਗੇ ਰਾਜਪਦਰੀ ਸਮਾਰੋਹ ਬਣਾਇਆ ਜਾ ਰਿਹਾ ਉੱਥੇ ਟ੍ਰਿਬਿਊਨ ਦੇ ਵਿੱਚ ਇਹ ਖਬਰ ਬੜੇ ਵੱਡੇ ਪੱਤਰ ਉੱਤੇ ਲੱਗੀ ਹੈ ਕਿ ਕਰਤਾਰਪੁਰ ਲਾਂਬਾ ਟਰਮੀਨਲ ਦਾ ਕੰਮ ਅਜੇ ਵੀ ਅਧੂਰਾ ਆ ਵੱਡੇ ਵੱਡੇ ਐਲਾਨ ਕੀਤੇ ਗਏ ਪਾਕਿਸਤਾਨ ਨੇ ਤਾਂ ਆਪਣੇ ਪੱਤਰ ਉੱਤੇ ਬੜੀ ਤੇਜ਼ੀ ਦੇ ਨਾਲ ਜਿਹੜਾ ਕੰਮ ਕੀਤਾ ਪਰ ਭਾਰਤ ਵਾਲੇ ਪਾਸੇ ਹਲੇ ਵੀ ਟਰਮੀਨਲ ਦਾ ਕੰਮ ਅਧੂਰਾ ਆ 2000 ਵਾਹਨਾਂ ਦੇ ਪਾਰਕਿੰਗ ਸਥਾਨ ਤੇ ਸਿਰਫ 200 ਵਾਹਨਾਂ ਦੇ ਹੋਰੇ ਨੇ ਭਾਰਕ ਦੇਖੋ ਕਿੰਡੀ ਵੱਡੀ ਗੱਲ ਹੈ ਪਰਮਿੰਦਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਰਹੀ ਤੇ ਇਹਨਾਂ ਤੋਂ ਕੰਮ ਹਲੇ ਵੀ ਪੂਰਾ ਨਹੀਂ ਹੋਇਆ ਦੇਖੋ ਇਹ ਤਾਂ ਆਪਾਂ ਇਹ ਗੱਲ ਕਰਨ ਪਹਿਲਾਂ ਹੀ ਕਰ ਚੁੱਕੇ ਆਂ ਕਿ ਸਰਕਾਰ ਜਿਹੜੀ ਹੈਗੀ ਪੰਜਾਬ ਦੇ ਵਿੱਚ ਖਾਸ ਕਰ ਕਿਉਂਕਿ ਆਪਾਂ ਪੰਜਾਬ ਨਾਲ ਰਿਲੇਟਡ ਆ ਹਮ ਆਪਣਾ ਪ੍ਰੋਗਰਾਮ ਵੀ ਜਿਹੜਾ ਹੈਗਾ ਪੰਜਾਬ ਨਾਲ ਸਬੰਧਤ ਹੈਗਾ ਇਹ ਜ਼ਿਆਦਾਤਰ ਆਪਾਂ ਪੰਜਾਬ ਬਾਰੇ ਵਿਚਾਰ ਕਰਦੇ ਆਂ ਤੇ ਪੰਜਾਬ ਵਿੱਚ ਜਿਹੜੇ ਵੀ ਕੰਮ ਕੋਈ ਹੁੰਦੇ ਨੇ ਉਹ ਬਹੁਤ ਜ਼ਿਆਦਾ ਹੀ ਕਹਿ ਲਓ ਵੀ ਇੱਕਦਮ ਐਕਿਊਰੇਟ ਨਹੀਂ ਹੁੰਦੇ ਔਰ ਟਾਈਮ ਤੇ ਨਹੀਂ ਹੁੰਦੇ ਢਿੱਲੇ ਸਾਰੇ ਢਿੱਲੇ ਹੁੰਦੇ ਨੇ ਕੋਈ ਵੀ ਚਾਹ ਪਿੰਡ ਦੀਆਂ ਗੜੀਆਂ ਦਾ ਕੰਮ ਲੈ ਲਓ ਜੇ 10 ਦਿਨਾਂ ਦੀ ਉੱਥੇ ਕਿਹਾ ਜਾਂਦਾ ਕਿ 10 ਦਿਨਾਂ ਚਾਹ ਕੰਮ ਪੂਰਾ ਕਰਾ ਜਾਵੇ ਤਾਂ ਮੇਰੇ ਖਿਆਲੋਂ ਉਹਨੂੰ 10 20 ਦੀ ਜਗ੍ਹਾ 25 ਦਿਨ ਲਾ ਦੇਣਗੇ ਪਰ 10 ਦਿਨ ਚ ਕੰਮ ਨਹੀਂ ਹੁੰਦਾ ਹੈਗਾ ਸੋ ਆਹੀ ਗੱਲ ਉੱਥੇ ਜਗ ਜਾਹਰ ਹੈ ਕਿ ਪਾਕਿਸਤਾਨ ਵੱਲੋਂ ਸਾਰੇ ਪ੍ਰਬੰਧ ਕਰ ਦਿੱਤੇ ਗਏ ਆ ਪੂਰਾ ਕੰਪਲੀਟ ਕੰਮ ਕਰ ਦਿੱਤਾ ਗਿਆ ਲੇਕਿਨ ਸਾਡੇ ਵਾਲੇ ਪਾਸੇ ਇੱਧਰ ਅਸੀਂ ਹਲੇ ਐ ਗੱਲਾਂ ਅਧੂਰੀਆਂ ਆ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਬਿਲਕੁਲ ਬਿਲਕੁਲ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਉੱਥੇ ਜਾਏ ਲੀਡਰ ਜਾਏ ਆਪਣੀ ਲੀਡਰੀ ਚਮਕਾਏ ਉਹਨਾਂ ਦਾ ਕੰਮ ਖਤਮ ਹੋ ਗਿਆ ਤਿੰਨ ਦਿਨ ਉਹਨਾਂ ਨੇ ਆਉਣਾ ਮੇਰੇ ਖਿਆਲ ਆ ਆ ਰਾਮਨਾਥ ਕੋਵਿੰਦਾਰੇ ਨੇ ਜਾਂ ਅਮਿਤ ਸ਼ਾਹ ਉਹਨਾਂ ਦਾ ਕੈਨਸਲ ਹੋ ਗਿਆ ਮੋਦੀ ਜੀ ਅੱਗੇ ਚਲੇ ਗਏ ਤੇ ਆ ਲਾਸਟ ਜਿਹੜਾ 12 ਦਾ ਹੈਗਾ ਅੱਜ ਸਮਾਗਮ ਉਹ ਖਤਮ ਹੋ ਜਾਣਾ ਉਸ ਤੋਂ ਬਾਅਦ ਕਿਸੇ ਨੇ ਉੱਥੇ ਮੰਤਰੀ ਨੇ ਜਾਣਾ ਨਹੀਂ ਕਰਨਾ ਨਹੀਂ ਸੰਗਤ ਦਾ ਕੰਮ ਹੈ ਸੰਗਤ ਨੇ ਜਾਣਾ ਔਰ ਕਈ ਥਾਂ ਤਾਂ ਐਂ ਹੀ ਦੇਖਿਆ ਕਿ ਸੰਗਤ ਆਪ ਹੀ ਕੰਮ ਕਰ ਦਿੰਦੀ ਹੈ ਬਾਕੀ ਦੇ ਜਿਹੜਾ ਉਹ ਠੇਕੇ ਦਿੱਤੇ ਹੁੰਦੇ ਨੇ ਜਾਂ ਟੈਂਡਰ ਭਰੇ ਹੁੰਦੇ ਨੇ ਜਾਂ ਪੈਸਾ ਆਇਆ ਹੁੰਦਾ ਜਾਂ ਕੰਮ ਕੀਤਾ ਜਾਂਦਾ ਤੇ ਕਮਿਸ਼ਨਾਂ ਵੰਡਣ ਤੋਂ ਕੀ ਰਹਿੰਦੇ ਨੇ ਬਾਕੀ ਦੇ ਲੋਕ ਤੇ ਉਹੀ ਕੰਮ ਉੱਥੇ ਚੱਲ ਰਿਹਾ ਹੈ ਹੁਣਾ ਤਾਂ ਇਹ ਚਾਹੀਦਾ ਸੀ ਕਿ ਦੋ ਦਿਨ ਪਹਿਲਾਂ ਇਹ ਕੰਮ ਨਿਬੇੜ ਕੇ ਸਾਰਾ ਕੰਮ ਸਿਸਟਮੈਟਿਕਲੀ ਹੋ ਜਾਣਾ ਚਾਹੀਦਾ ਸੀ ਲੇਕਿਨ ਇਹ ਕੰਮ ਨਹੀਂ ਹੋਇਆ ਔਰ ਨਾ ਹੀ ਹੋਣਾ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੇਖ ਲਓ ਤੁਸੀਂ ਇਹ ਅਧੂਰਾ ਹੀ ਰਹਿਣਾ ਹੈ ਅਧੂਰਾ ਹੀ sire ਚੜ ਜਾਣਾ ਹੈ ਕਾਗਜ਼ਾਂ 'ਚ ਚਲੋ ਸੰਗਤ ਨੇ ਇਹ ਵੀ ਪ੍ਰਵਾਨ ਕਰ ਲੈਣਾ ਕਿ ਲਾਂਗਾ ਤਾਂ ਖੁੱਲ ਗਿਆ ਆਉਣ ਦਾ ਇੱਕ ਗੱਲ ਹੋਰ ਇਹਦੇ ਵਿੱਚ ਸਾਹਮਣੇ ਆਈ ਕੱਲ ਮੈਂ ਕਿਸੇ ਨਾਲ ਗੱਲ ਕਰਦਾ ਸੀ ਮੈਨੂੰ ਕੋ ਅਸੀਂ ਬੱਸਾਂ ਫਰੀ ਹੋਣ ਦਾ ਲਾਹਾ ਲੈਣ ਲਈ ਉੱਥੇ ਗਏ ਪਰ ਸਾਨੂੰ ਫਰੀ ਨਹੀਂ ਮਿਲੀ ਇੱਥੋਂ ਤੱਕ ਕਿ ਆਪਣਾ ਇੱਕ ਸਹਿਯੋਗੀ ਇੱਥੋਂ ਕਵਰਿੰਗ ਕਰਨ ਗਿਆ ਉਹ ਕਹਿੰਦਾ ਮੈਂ ਦੇਖ ਸੋਚਿਆ ਵੀ ਮੈਂ ਚਲੋ ਫਰੀ ਬਾਸ ਪੁੱਛਾਂ ਕਿੱਥੋਂ ਤੋਂ ਕਿੱਥੇ ਤੱਕ ਜਾਂਦੀ ਹੈ ਇਹਦੇ ਤੇ ਸਟੋਰੀ ਕਰੀਏ ਖਬਰ ਕਰੀਏ ਨਿਊਜ਼ ਕਰੀਏ ਬਿਲਕੁਲ ਬਟ ਉਹਨੂੰ ਉਹ ਬੱਸ ਚੜ ਗਿਆ ਤਾਂ ਉਹਨੂੰ ਪੁੱਛਿਆ ਗਿਆ ਜਦੋਂ ਵੀ ਕਨੈਕਟਰ ਨੂੰ ਪੁੱਛਿਆ ਨੇ ਵੀ ਕਿੱਥੇ ਤੱਕ ਜਾਏਗੀ ਉਹ ਕਹਿੰਦਾ ਇੱਥੋਂ ਸਿਰਫ ਬੱਸ ਸਟੈਂਡ ਤੱਕ ਹੀ ਜਾਏਗੀ ਅੱਗੇ ਕਿਤਨੀ ਜਾਂਦੀ ਹੂੰ ਹੂੰ ਤੇ ਸਰਕਾਰੀ ਬੱਸਾਂ ਦਾ ਫਰੀ ਲਾਤੀਆਂ ਪੰਜਾਬ ਵਿੱਚ ਪੂਰਾ ਰੌਲਾ ਕੇ ਬੱਸਾਂ ਫਰੀ ਲਾਤੀਆਂ ਕਿੱਥੋਂ ਕਿੱਥੇ ਤੱਕ ਲਾਈਆਂ ਇਹ ਨਾ ਦਾ ਬਿਆਨ ਆਇਆ ਨਹੀਂ ਦੱਸਿਆ ਗਿਆ ਬੱਸ ਸਟੈਂਡ ਤੱਕ ਦਾ ਦਾਇਰਾ ਹੈ ਨਾ ਜਿਵੇਂ ਹਰਿਆਣਾ ਦੇ ਮੁੱਖ ਮੰਤਰੀ ਨੇ ਦਾ ਐਲਾਨ ਕੀਤਾ ਕਿ ਅਸੀਂ ਇੱਥੋਂ ਜਿਹੜੇ ਸਿੱਖ ਯਾਤਰੀ ਸ਼ਰਧਾਲੂ ਜਾਣਗੇ ਉਹਨਾਂ ਨੂੰ ਫਰੀ ਭੇਜਾਂਗੇ ਦਿਲੀ ਨਵੀਂ ਐਲਾਨ ਕੀਤਾ ਤੇ ਪੰਜਾਬ ਹਾਲੇ ਵੀ ਪਿੱਛੇ ਆ ਨਾ ਤਾਂ ਇਹਨਾਂ ਤੋਂ ਤਿਆਰੀ ਹੋ ਸਕੀ ਕੋਰੀਡੋਰ ਦੀ ਪੂਰੀ ਨਾਲ ਮੁਕੰਮਲ ਹੋ ਸਕਿਆ ਤੇ ਨਾ ਹੀ ਪੁੱਛਣ ਵਾਲਾ ਕੋਈ ਨਹੀਂ ਬਿਲਕੁਲ ਪੁੱਛਣ ਵਾਲਾ ਕੋਈ ਨਹੀਂ ਇੱਕ ਗੱਲ ਹੁਣ ਗੁਰੂ ਨਾਨਕ ਸਾਹਿਬ ਜਿਹੜੇ ਪ੍ਰਕਾਸ਼ਪੁਰੂ ਦੇ ਨਾਲ ਇਸੇ ਨਾਲ ਹੀ ਰਿਲੇਟਡ ਹੈ ਨਗਰ ਕੀਰਤਨਾਂ ਦੇ ਬਾਰੇ ਜਿਵੇਂ ਕਿ ਹੈ ਪਹਿਲਾਂ ਪੱ ਦਿੱਲੀ ਵੱਲ ਚੱਲਦੇ ਨਗਰ ਕੀਰਤਨਾਂ ਤੇ ਵੀ ਸਵਾਲ ਕਰਾਂਗੇ ਕਿ ਉੱਥੇ ਜੋ ਮਤਲਬ ਕਿ ਇਦਾਂ ਕਹਿ ਲਓ ਕਿ ਪੈਸੇ ਨੂੰ ਕਿਵੇਂ ਪਾਣੀ ਵਾਂਗ ਵਹਾਇਆ ਜਾਂਦਾ ਹੈ ਕਿਵੇਂ ਮੌਸਮ ਨੂੰ ਖਰਾਬ ਕੀਤਾ ਜਾਂਦਾ ਹੈ ਕਿਵੇਂ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਹੈ ਬੰਬ ਪਟਾਕੇ ਜੋ ਕੁਝ ਪ੍ਰਦੂਸ਼ਣ ਵਗੈਰਾ ਜੋ ਵੀ ਫਲਾਈ ਜਾਂਦੀ ਹੈ ਪਹਿਲਾਂ ਆਪਾਂ ਦਿੱਲੀ ਵੱਲ ਚੱਲਦੇ ਹਾਂ ਦਿੱਲੀ ਸਿਗਰੂਰਦਾਰ ਪ੍ਰਬੰਧਕ ਕਮੇਟੀ ਨੇ ਪਰਮਿੰਦਰ ਇੱਕ ਨਗਰ ਕੀਰਤਨ ਜਿਹੜਾ ਸਜਾਇਆ ਉਹਦੇ ਉੱਤੇ ਸਵਾਲ ਉੱਠ ਰਹੇ ਨੇ ਸਵਾਲ ਉੱਠ ਰਹੇ ਨੇ ਕਿ ਉਹਦੇ ਵਿੱਚ ਮੂਰਤੀਆਂ ਦੀਆਂ ਝਾਕੀਆਂ ਦਿਖਾ ਦਿੱਤੀਆਂ ਜਿੰਨਾ ਤੋਂ ਗੁਰੂ ਸਾਹਿਬ ਨੇ ਵਾਜਿਆ ਸਾਨੂੰ ਅਸੀਂ ਫੇਰ ਉਹੀ ਕੰਮ ਕਰਦੇ ਹਾਂ ਕੀ ਕਹਿਣਾ ਚਾਹੋਗੇ ਇਹ ਤਾਂ ਸਪਸ਼ਟੀ ਹੈ ਨਾ ਕਿ ਅੱਜ ਜਿਹੜਾ ਗਲਵਾ ਹੈਗਾ ਜਿਹੜਾ ਉਹ سے ہور نے گھیرا پا لیا ਸਾਡੇ ਜਿਹੜੇ ਉੱਪਰ ਬੈਠੇ ਨੇ ਕੁਰਸੀਆਂ ਤੇ ਜਾਂ ਉਹਦੇ ਆ ਜਿਹੜਾ ਆਰਐਸਐਸ ਤੇ ਸਵਾਲ ਉੱਠਦਾ ਹੈ ਕਿ ਉਹ ਹਿੰਦੂਵਾਦ ਦੀ ਸੋਚ ਹੈ ایجنڈا ਕੁਝ ਹੋਰ ਚੱਲ ਰਿਹਾ ਹੈ ਇਹ ਸੋਚ ਲੈਣਾ ਚਾਹੀਦਾ ਹੈ ਸਾਡੇ ਸਿੱਖਾਂ ਨੂੰ ਵੀ ਸੋਚਣਾ ਮੈਂ ਪਰ ਸਿੱਖ ਕੀ ਕਰਨ ਬਹੁਤ ਵੱਡਾ ਤਾਣਾ ਉਲਝਿਆ ਹੋਇਆ ਤਾਣਾ ਉਲਝਿਆ ਹੋਇਆ ਕੁਝ ਕੁ ਲੋਕ ਨੇ ਜਿਹਨਾਂ ਜਿਨ੍ਹਾਂ ਨੂੰ ਸੋਝੀ ਹੈ ਜਾਂ ਜਿਹੜੇ ਲੋਕ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ ਤੇ ਜੇ ਉਹ ਪ੍ਰਚਾਰ ਕਰਨੇ ਤਾਂ ਉਹਨਾਂ ਨੂੰ ਖੁੰਝੇ ਲੈਣ ਲਾਇਆ ਹੈ ਜੇ ਉਹ ਪ੍ਰਚਾਰਕ ਨਹੀਂ ਹੈਗੇ ਆਮ ਸਿੱਖ ਦੇ ਤੌਰ ਤੇ ਵਿਚਰ ਰਹੇ ਨੇ ਤਾਂ ਉਹ ਆਪਣੇ ਘਰਾਂ ਦੇ ਵਿੱਚ ਆਪ ਹੀ ਕੁੰਝੇ ਲੱਗੇ ਬੈਠੇ ਨੇ ਕਿ ਸਾਨੂੰ ਕੀ ਲੈਣਾ ਸਾਡੇ ਪ੍ਰਚਾਰਕ ਨੇ ਜਿਹੜੇ ਉਹ ਸਟੇਜਾਂ ਭਾਲਦੇ ਨੇ ਉਹਨਾਂ ਨੂੰ ਸਰਕਾਰੀ ਸਟੇਜਾਂ ਚਾਹੀਦੀਆਂ ਨੇ ਉਹ ਇਸ ਕਰਕੇ ਜਿਹੜੇ ਉਹ ਇਹਦੇ ਤੇ ਜਿਆਦਾ ਗੌਰ ਨਹੀਂ ਕਰਦੇ ਹੁਣ ਕੱਲ ਇੱਕ ਵੀਡੀਓ ਵਾਇਰਲ ਹੋਈ ਹੈ ਜਿੱਥੇ ਦਿੱਲੀ ਕਮੇਟੀ ਬੋਲਨਗਰ ਕੀਰਤਨ ਸਜਾਇਆ ਗਿਆ ਉਹਦੇ ਵਿੱਚ ਝਾਕੀਆਂ ਦੇ ਵਿੱਚ ਮੂਰਤੀਆਂ ਬਣਾ ਕੇ ਸਿੱਖਾਂ ਨੂੰ ਪੇਸ਼ ਕੀਤਾ ਗਿਆ ਮੂਰਤੀ ਮਦਰਗੇ ਸਾਨੂੰ ਦੱਸਿਆ ਜਾ ਰਿਹਾ ਕਿ ਮੂਰਤੀ ਵੀ ਸਾਡੇ ਧਰਮ ਦਾ ਅੰਗ ਹੈਗੀ ਆ ਸਾਨੂੰ ਜੋੜਿਆ ਗਿਆ ਤੁਸੀਂ ਗੱਲ ਕੀ ਕਰਦੇ ਹੋ ਤੁਸੀਂ ਅੱਜ ਆ ਸਰਕਾਰੀ ਸਮਾਗਮਾਂ ਦੇ ਇਸ਼ਤਿਹਾਰ ਦੇਖ ਲਓ ਫੋਟੋਆਂ ਬੈਨਰ ਵੱਡੇ ਵੱਡੇ ਪੋਸਟਰ ਦੇਖ ਲਓ ਕੀ ਧਰਮ ਧਾਰਮਿਕ ਜਿਥੇਵੰਦੀਆਂ ਦੇਖ ਲਓ ਗੁਰੂ ਨਾਨਕ ਸਾਹਿਬ ਦੀ ਫੋਟੋ ਛਾਪੀ ਹੋਈ ਹੈ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਕੋਈ ਫੋਟੋ ਹੈ ਹੀ ਨਹੀਂ ਜਦੋਂ ਕਿਥੋਂ ਛਾਪਤੀ ਉਹਨਾਂ ਨੇ ਉਹਨੂੰ ਅਸੀਂ ਗੁਰਨਾਨਕ ਸਮਝਣ ਲੱਗੇ ਕੱਲ ਨੂੰ ਉਸ ਫੋਟੋ ਨੂੰ ਜੇ ਕੋਈ ਆਹ ਐਂ ਕਹ ਲਓ ਕੋਈ ਛੇੜਛਾੜ ਕਰ ਦੂ ਉਸ ਫੋਟੋ ਨਾਲ ਤਾਂ ਸਾਡੇ ਦੰਗੇ ਹੋ ਜਾਣਗੇ ਅਸੀਂ ਸਿਰ ਪਾਟਣ ਤੱਕ ਜਾਵਾਂਗੇ ਅਸੀਂ ਮਾਰਨ ਤੱਕ ਚਲੇ ਜਾਵਾਂਗੇ ਜਦ ਕਿ ਉਹ ਫੋਟੋ ਸੋਭਾ ਸਿੰਘ ਦੀ ਆਪਦੇ ਐਂ ਕਹ ਲਓ ਕਿ ਚਿਹਰੇ ਨਾਲ ਮਿਲਦੀ ਜੁਲਦੀ ਉਹਨੇ ਬਣਾ ਕੇ ਸਾਡੇ ਸਾਡੇ ਚ ਪਾੜਾ ਪਾ ਕੇ ਚਲਾ ਗਿਆ ਅਸੀਂ ਉਹੀ ਮੂਰਤੀਆਂ ਅਸੀਂ ਧੂਫਾ ਦੇਣ ਲੱਗੇ ਘਰਾਂ 'ਚ ਬੈਠੀਆਂ ਨੇ ਫੋਟੋਆਂ ਲਾਈ ਬੈਠੇ ਸਭ ਬੀਬੀਆਂ ਉਹਨਾਂ ਨੂੰ ਗਲਾਂ 'ਚ ਪਾਈ ਫਰਦੀਆਂ ਨੇ ਮਤਲਬ ਕਹਿਣ ਦਾ ਭਾਵ ਹੈ ਆ ਬਾਏ ਉੱਤਿਆ ਹੋਇਆ ਹੈ ਇਹਨਾਂ ਤੇ ਕੋਈ ਗੱਲ ਫੇਰ ਉੱਥੇ ਆ ਜਾਂਦੇ ਕਿ ਨਾ ਕੋ ਪੁੱਛਣ ਵਾਲਾ ਨਾ ਕੋ ਇਹਨਾਂ ਦੇ ਡੰਡਾ ਰੱਖਣ ਵਾਲਾ ਕਿ ਦੱਸੋ ਭਾਈ ਇਹ ਕਿਉ ਦਿੱਲੀ ਕਮੇਟੀ ਵੱਲੋਂ ਨਗਰ ਕੀਰਤਨ ਹੋਵੇ ਤੇ ਉਹਦਾ ਉਹਦੇ ਵਿੱਚ ਚਾਕੀਆਂ ਜਿਹੜੀਆਂ ਘੱਟ ਰਹੀਆਂ ਉਹ ਚ ਮੂਰਤੀਆਂ ਹੁਣ ਬਣਾਈਆਂ ਹੋਈਆਂ ਤੇ ਜਵਾਬ ਦੇ ਕੌਣ ਹੋਊਗਾ ਕੋਈ ਪ੍ਰਧਾਨ ਨੂੰ ਪੁੱਛ ਨਹੀਂ ਰਿਹਾ ਕੋਈ ਪ੍ਰਧਾਨ ਦਾ ਬਿਆਨ ਨਹੀਂ ਆ ਰਿਹਾ ਆਰਾਮ ਨਾਲ ਬੈਠੇ ਨੇ ਕਿਸੇ ਨੂੰ ਫਰਕ ਹੀ ਨਹੀਂ ਕੋਈ ਪੈ ਰਿਹਾ ਉਹ ਸਿੱਖ ਸੰਗਤ ਬੋਲਦੀ ਐ ਤੇ ਉਹ ਪਾਸੇ ਕਰ ਦਿੰਦੇ ਕਰ ਦਿੰਦੇ ਹੁਣ ਜੀਕੇ ਦਾ ਬਿਆਨ ਆਇਆ ਕਿ ਇਹ ਗਲਤ ਹੈ ਗਲਤ ਕਹਿਣ ਨਾਲ ਕੀ ਹੋਊਗਾ ਜਾਗਰੂਕ ਕਰੋ ਨਾ ਸਿੱਖਾਂ ਨੂੰ ਪੁੱਛੋ ਉਹਨਾਂ ਨੂੰ ਵੀ ਤੁਸੀਂ ਕਿਉਂ ਕੀਤਾ ਉਹ ਮਾਫੀ ਮੰਗਣ ਜਨਤਕ ਤੌਰ ਤੇ ਆ ਕੇ ਔਰ ਅੱਗੇ ਨੂੰ ਅਜੇ ਅਜੇ ਹਾਂ ਨਾ ਕਰਨ ਦਾ ਇਹਦ ਲੈਣ ਉਹਨਾਂ ਤੇ ਕੋਈ ਐਕਸ਼ਨ ਕਰੋ ਕੋਈ ਜੀ ਮੈਂ ਧਾਰਮਿਕ ਭਾਵਨਾਵਾਂ ਨੂੰ ਵਧਾਉਣ ਦਾ ਕੇਸ ਦਰਜ ਕਰਾਇਆ ਜਾਵੇ ਜੇ ਤੁਸੀਂ ਸੱਚੀ ਮੁੱਚੀ ਉਹਨਾਂ ਨਾਲ ਐਦਾਂ ਗਲਤ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਰੋ ਜੀ ਇੱਕ ਨਗਰ ਕੀਰਤਨਾ ਬਾਰੇ ਆਪਾਂ ਪਹਿਲਾਂ ਆਫ ਦੀ ਰਿਪੋਰਟ ਗੱਲ ਕਰ ਰਹੇ ਸੀ ਕਿ ਨਗਰ ਕੀਰਤਨਾਂ ਦੇ ਵਿੱਚ ਅ ਸੰਗਤ ਨੂੰ ਖੁਸ਼ੀ ਬਹੁਤ ਹੈ ਠੀਕ ਹੈ ਪਰ ਗੁਰੂ ਸਾਹਿਬ ਨੇ ਜਿਹੜਾ ਉਪਦੇਸ਼ ਦਿੱਤਾ ਗੁਰੂ ਸਾਹਿਬ ਨੇ ਜਿਹੜਾ ਉਪਦੇਸ਼ ਦਿੱਤਾ ਸੀ ਉਸ ਦਾ ਸੁਨੇਹਾ ਘਰ ਘਰ ਤੱਕ ਐਦਾਂ ਕਹਿ ਲਓ ਕਿ ਪਹੁੰਚਾਣ ਵਿੱਚ ناکਾਮ ਸਾਬਤ ਹੁੰਨੇ ਆ ਮੌਸਮ ਨੂੰ ਪਲੀਤ ਕੀਤਾ ਜਾਂਦਾ ਹਵਾ ਨੂੰ ਪਲੀਤ ਕੀਤਾ ਜਾਂਦਾ ਆ ਤੁਸੀਂ ਦੇਖਿਆ ਹੋਣਾ ਕਿ ਕਿਸ ਤਰੀਕੇ ਨਾਲ ਬੰਬ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਪਰ ਉਹ ਪ੍ਰਦੂਸ਼ਣ ਜਿਹੜਾ ਆ ਉਹ ਸਾਡੇ ਘਰਾਂ ਤੱਕ ਹੀ ਪਹੁੰਚਦਾ ਆ ਸਾਡੇ ਤੱਕ ਪਹੁੰਚਦਾ ਆ ਸਾਡੇ ਸਰੀਰ ਖਰਾਬ ਹੁੰਦੇ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਲਾਗੂ ਨਹੀਂ ਸਹੀ ਤਰੀਕੇ ਨਾਲ ਕੀਤਾ ਜਾਂਦਾ ਜੋ ਉਹਨਾਂ ਨੇ ਕਿਹਾ ਆ ਪ੍ਰਵੀਂਦਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕ ਸਮਝਦੇ ਤਾਂ ਨਹੀਂ ਜਿੰਨਾ ਮਰਜ਼ੀ ਕਹਿ ਲੋ ਨਹੀਂ ਦੇਖੋ ਗੁਰਬਾਣੀ ਦੇ ਵਿੱਚ ਤਾਂ ਇਹ ਕਿਹਾ ਗਿਆ ਕਿ ਜਿਹੜੀ ਮਾਨਸ ਦੇ ਹੀ ਆ ਨਾ ਨੇ بڑے ਭਾਗਾਂ ਨਾਲ ਮਿਲਦੀ ਹੈ ਦੁਰਲਭ ਹੈ ਇਹ ਬਿਲਕੁਲ ਦੁਰਲਭ ਮਾਨਸਿਕ ਠੀਕ ਹੈ ਇੱਕ ਮਤਰਵਾ ਨਹੀਂ ਹੈਗਾ ਵੀ ਹਾਂ ਤੁਸੀਂ ਜਨਮ ਲੈ ਲਿਆ ਠੀਕ ਹੈ ਆਗੇ ਇਹ ਪਤਾ ਨਹੀਂ ਕਿਹੜੇ ਕਹਿ ਦੋ ਵੀ ਆਪਾਂ ਕਿਸ ਤਰ੍ਹਾਂ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤੇ ਸਾਨੂੰ ਇਹ ਸਰੀਰ ਮਿਲ ਗਿਆ ਤੇ ਇਸ ਸਰੀਰ ਦੀ ਚਾਹੇ ਉਹ ਮੇਰਾ ਚਾਹੇ ਤੁਹਾਡਾ ਚਾਹੇ ਕਿਸੇ ਵੀ ਇਨਸਾਨ ਦਾ ਸਰੀਰ ਹੈ ਤਾਂ ਸਾਨੂੰ ਕਦਰ ਕਰਨੀ ਚਾਹੀਦੀ ਹੈ ਉਹਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਧਰਮ ਵੀ ਤਾਂ ਹੀ ਹੈ ਜੇ ਇਨਸਾਨ ਦਾ ਸਰੀਰ ਹੈ ਸਰੀਰ ਹੈਗਾ ਤਾਂ ਉਹ ਗੱਲ ਕਰੇਗਾ ਦੇਖੇਗਾ ਸੁਨੇਗਾ ਮਹਿਸੂਸ ਕਰੇਗਾ ਉਹਦੇ ਅੰਦਰ ਭਾਵਨਾ ਹੈ ਉਹਦੇ ਅੰਦਰ ਦਿਮਾਗ ਹੈ ਸਭ ਕੁਝ ਹੈ ਪਰ ਮਤਮਾ ਨਹੀਂ ਪਾਇਆ ਲੇਕਿਨ ਐਸੇ ਨੂੰ ਅਸੀਂ ਮਾਰਨ ਦੇ ਲਈ ਤਲੇ ਹੋਈਆਂ ਆ ਬੰਬਾਂ ਨਾਲ ਜਿਹੜੇ ਪਟਾਕੇ ਚਲਾਉਂਦੇ ਨੇ ਤੁਸੀਂ ਆ ਨਗਰ ਕੀਰਤਨਾ ਦੇ ਪੋਲਿਊਸ਼ਨ ਨੂੰ ਫੈਲਾ ਕੇ ਬੱਚਿਆਂ ਦਾ ਬਜ਼ੁਰਗਾਂ ਦਾ ਜਿੱਥੇ ਸ਼ੋਰ ਦਾ ਪੋਲਿਊਸ਼ਨ ਤਾਂ ਹੁੰਦਾ ਹੀ ਹੈ ਪ੍ਰਦੂਸ਼ਣ ਹੋ ਰਿਹਾ ਉੱਥੇ ਹੀ ਜਿਹੜਾ ਵਾਤਾਵਰਨ ਹੈ ਉਹ ਵੀ ਗੰਦਲਾ ਹੋ ਰਿਹਾ ਮਸਾਈ ਆਮ ਕੁਦਰਤ ਨੇ ਆ ਮੀਦੀ ਪਛਾੜ ਪਾ ਕੇ ਥੋੜਾ ਬੋਧਾ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰੀ ਸੀ ਪਰ ਸਾਡਾ ਅਸੀਂ ਠੇਕਾ ਲਿਆ ਹੋਇਆ ਵੀ ਅਸੀਂ ਆਹ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਹੋਵੇ ਦੁਸਹਿਰਾ ਹੋਵੇ ਦੀਵਾਲੀ ਹੋਵੇ ਅਸੀਂ ਤਾਂ ਧੂਆਂ ਕੱਢ ਦੇਣਾ ਹੈ ਵਾਤਾਵਰਨ ਦਾ ਇਹ 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 ਇਹਦੇ ਨਾਲ ਨਾ ਇੱਕ ਚੀਜ਼ ਨਾ ਕਿਸੇ ਧਰਮ ਨਾਲ ਜੁੜੀ ਹੋਈ ਆ ਨਾ ਹੀ ਧਰਮ ਇਹਨੂੰ ਅਲਾਉ ਕਰਦਾ ਹੈ ਪਰਮਨ ਗੁਰੂ ਪਾਣੀ ਪਤਾ ਦਾ ਸਿਧਾਂਤ ਆ ਸਾਡਾ ਅਸੀਂ ਸ਼ੁੱਧ ਵਾਤਾਵਰਨ ਅਸੀਂ ਰੁੱਖ ਲਾਉਣ ਲਈ ਪਿੱਛੇ ਹਟ ਜੰਨੇ ਆ ਅਸੀਂ ਸ਼ੁੱਧ ਵਾਤਾਵਰਨ ਦੇਣ ਦੀ ਜ਼ਿੰਮੇਵਾਰੀ ਇਨਸਾਨ ਦੀ ਆ ਇਨਸਾਨ ਨੂੰ ਬਚਾਉਣਾ ਇਨਸਾਨ ਦੀ ਜ਼ਿੰਮੇਵਾਰੀ ਆ ਸਾਨੂੰ ਦਿਮਾਗ ਦਿੱਤਾ ਪਰਮਾਤਮਾ ਨੇ ਐਸੇ ਕੰਮ ਲਈ ਦਿੱਤਾ ਦਿਮਾਗ ਦਾ ਹੋਰ ਕੋਈ ਕੰਮ ਨਹੀਂ ਸਾਨੂੰ ਸੋਚ ਕੇ ਵਿਚਰਨਾ ਚਾਹੀਦਾ ਹੈ ਅਕਲੀ ਸਾਹਿਬ ਸੇਵੀ ਅਕਲੀ ਪਾਈ ਹੈ ਮਾਨ ਅਕਣੀ ਪੜਕਾ ਬੁਜੀ ਹੈ ਅਕਲੀ ਕੀ ਚੈਦਾਨ ਸਾਰਾ ਕੁਝ ਹਕਲ ਨਾਲ ਕਰਨ ਨੂੰ ਕਿ ਹੈ ਹਦਾਇਤ ਹੈ ਬਕਾਇਦਾ ਤੌਰ ਤੇ ਪਰ ਅਸੀਂ ਅਸੀਂ ਕੇਵਲ ਤੇ ਕੇਵਲ ਸ਼ਰਧਾ ਦਾ ਨਾਮ ਲੈ ਕੇ ਅੰਡੇ ਟੱਕਵਾਂ ਦੇ ਕਰਦੇ ਨੇ ਇਹਨਾਂ ਨਾਲ ਨਾ ਗੁਰੂ ਉੱਤਰ ਉੱਠਦਾ ਹੈ ਨਾ ਹੀ ਕਿਸੇ ਤੇ ਬਖਸ਼ਿਸ਼ ਹੋਣੀ ਆ ਨਗਰ ਕੀਰਤਨਾ ਦਾ ਕੰਮ ਤਾਂ ਇਹ ਸੀ ਮਕਸਦ ਤਾਂ ਇਹ ਸੀ ਵੀ ਉਸ ਟਾਈਮ ਜਿਹੜੇ ਸਰਸਿਸ ਸੀਗੇ ਉਹ ਬਹੁਤ ਘੱਟ ਸੀਗੇ ਲੋਕ ਘਰਾਂ ਦੇ ਵਿੱਚ ਜਾ ਜਾ ਕੇ ਗੁਰਸਿੱਖੀ ਦਾ ਗੁਰ ਗੁਰਮਤ ਦਾ ਗੁਰਬਾਣੀ ਦਾ ਪ੍ਰਚਾਰ ਕਰਦੇ ਸੀਗੇ ਉਹ ਮਕਸਦ ਸੀਗਾ ਢੋਲਕੀਆਂ ਸ਼ੈਣੇ ਜਾ ਕੇ ਕੀਰਤਨ ਕਰਦੇ ਜਾਂਦੇ ਸੀ ਪਰ ਅੱਜ ਉਹ ਭਿਆਨਕ ਰੂਪ ਬਣ ਗਿਆ ਬਿਲਕੁਲ ਅੱਜ ਭਿਆਨਕ ਰੂਪ ਬਣ ਗਿਆ ਨਗਰ ਕੀਰਤਨਾਂ ਦਾ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਮੇਰੇ ਖਿਆਲ ਨਾਲ ਜੇ ਸੱਚੀ ਮੂਚੀ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਣਾ ਚਾਹੁੰਦੇ ਤਾਂ ਕਿਰਤ ਕਰੋ ਔਰ ਘਰ ਘਰ ਗੁਰੂ ਦਾ ਸੰਦੇਸ਼ ਪਹੁੰਚਾਉਣ ਲਈ ਸਾਦਗੀ ਸਾਦਗੀ ਦੇ ਢੰਗ ਨਾਲ ਅਜਿਹੇ ਨਗਰ ਕੀਰਤਨ ਹੋਣੇ ਚਾਹੀਦੇ ਨੇ ਜਿਹੜੇ ਸਾਦਗੀ ਭਰਪੂਰ ਹੋਣ ਔਰ ਸੰਦੇਸ਼ ਦੇਣ ਗੁਰਮਤ ਦੇ ਉਪਦੇਸ਼ ਦਾ ਜੀ ਬਿਲਕੁਲ ਇੱਕ ਜੇਕਰ ਆਪਾਂ ਅੱਜ ਕੱਲ ਚਰਚਾ ਕਰਤਾਰਪੁਰ ਲਾਂਘੇ ਦੀ ਕਾਫੀ ਹੋ ਰਹੀ ਹੈ ਉਹਦੇ ਵਿੱਚ ਹੁਣ ਜੇ ਨਵਜੋਤ ਸਿੱਧੂ ਨੂੰ ਨਾ ਐਡ ਕਰੀਏ ਤਾਂ ਸ਼ਾਇਦ ਬੜੀ ਹੀ ਮਤਲਬ ਕਿ ਗਲਤੀ ਹੋਵੇਗੀ ਸਾਡੀ ਕਿ ਅਸੀਂ ਐਡ ਨਹੀਂ ਕਰਦੇ ਕਿਉਂਕਿ ਸੇਰਾ ਸਾਰਾ ਉਹਨਾਂ ਦੇ ਸਿਰ ਜਾਂਦਾ ਨਵਜੋਤ ਸਿੱਧੂ ਨੂੰ ਜਿਹੜੀ ਐਨਆਰਆਈਜ਼ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਨਵਜੋਤ ਸਿੱਧੂ ਨੂੰ ਉਹ ਫਖਰੇ ਕੌਮ ਦਾ ਐਵਾਰਡ ਦੇਣਗੇ ਤੇ ਇੱਕ ਹੋਰ ਉਹਨਾਂ ਨੂੰ ਭਾਰਤ ਦਾ ਹੀਰੋ ਉਹਦੇ ਆਵਾਡ ਨਾਲ ਸਨਮਾਨਿਤ ਕਰਨਗੇ ਜਦ ਕਿ ਭਾਰਤ ਦੇ ਵਿੱਚ ਸਾਡੇ ਜਿੱਥੇ ਸਨਮਾਨਿਤ ਹੋਣਾ ਚਾਹੀਦਾ ਉੱਥੇ ਕਾਫੀ ਵਿਰੋਧ ਹੋ ਰਿਹਾ ਹੈ ਇੱਕ ਦੂਜੇ ਪਾਸੇ ਜਿਹੜੇ ਨਵਜੋਤ ਸਿੱਧੂ ਦਾ ਜੱਦੂਈ ਪਿੰਡ ਪੰਜਾਬੀ ਟ੍ਰਿਬਿਊਨ ਵਿੱਚ ਹੀ ਖਬਰ ਲੱਗੀ ਹੈ ਕਿ ਧੂਰੀ ਦੇ ਲਾਗੇ ਕੱਕੜਵਾਲ ਪਿੰਡ ਆ ਉਹਨਾਂ ਦਾ ਉੱਥੇ ਪਿੰਡ ਵਾਸੀਆਂ ਵੱਲੋਂ ਨਵਜੋਤ ਸਿੱਧੂ ਦੇ ਇਸ ਲਾਂਘਾ ਖੁੱਲਣ ਤੇ ਨਵਜੋਤ ਸਿੱਧੂ ਦੇ ਪਿੰਡ ਦੇ ਵਿੱਚ ਖੁਸ਼ੀ ਮਨਾਈ ਗਈ ਹੈ ਕਿਵੇਂ ਦੇਖਦੇ ਹੋ ਵਿਰੋਧੀ ਵਿਰੋਧ ਕਰ ਰਹੇ ਨੇ ਤੇ ਨਵਜੋਤ ਸਿੱਧੂ ਫੇਰ ਤੋਂ ਛਾਈ ਜਾ ਰਹੇ ਨੇ ਦੇਖੋ ਤਾਂ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਗਿਆ ਸੁਖਵਿੰਦਰ ਇਹਦੇ ਵਿੱਚ ਸੋਚਣ ਵਾਲੀ ਵੀ ਗੱਲ ਕੋਈ ਨਹੀਂ ਹੈ ਜਿਸ ਬੰਦੇ ਦਾ ਇਹ ਕੇਵਲ ਸਿੱਧੂ ਦਾ ਕਿਉਂ ਜੇ ਤੁਸੀਂ ਗੱਲ ਕਰਦੇ ਹੋ ਕ੍ਰੈਡਿਟ ਲਾਈਨ ਦੀ ਤਾਂ ਸਿੱਧੂ ਨੂੰ ਕਿਉਂ ਜੇ ਸਿੱਧੂ ਦੀ ਜਗ੍ਹਾ ਕੋਈ ਹੋਰ ਹੁੰਦਾ ਉਹਨੂੰ ਵੀ ਕ੍ਰੈਡਿਟ ਜਾਣਾ ਸੀ ਬਿਲਕੁਲ ਬਿਲਕੁਲ ਇਹ ਗੱਲ ਕਿਉਂ ਨਹੀਂ ਸੋਚਦੇ ਉਹ ਸਿੱਧੂ ਦਾ ਤਾਂ ਇੱਕ ਚਲੋ ਇੱਕ ਜ਼ਰੀਆ ਬਣਨਾ ਹੁੰਦਾ ਜ਼ਰੀਆ ਬਣ ਗਿਆ ਤੇ ਸਿੱਧੂ ਦੇ ਨਾਂ ਤੇ ਸਿਹਰਾ ਵੱਜਦਾ ਸੀ ਵੱਜ ਗਿਆ ਇਹਦੇ ਵਿੱਚ ਵਿਰੋਧ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਉਹਨੇ ਵੱਡਾ ਕੰਮ ਕੀਤਾ ਤੁਸੀਂ ਕਰ ਲੈਂਦੇ ਤੁਹਾਡੇ ਕੋਲ ਕਹਣਾ ਕਿਹੜਾ ਸਰਕਾਰਾਂ ਨਹੀਂ ਆਈਆਂ ਹੂੰ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਤੁਸੀਂ ਸੱਤਾ 'ਚ ਨਹੀਂ ਆਏ ਤੁਹਾਡਾ ਪਾਰਟੀਆਂ ਨਾਲ ਸਬੰਧ ਨਹੀਂ ਰਿਹਾ ਤੁਸੀਂ ਸੈਂਟਰ ਦੀ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਸੀਗੇ ਤੁਹਾਡੇ ਹੱਥ ਸੱਤਾ ਨਹੀਂ ਸੀ ਪਾਵਰ ਨਹੀਂ ਸੀ ਤੁਹਾਡੇ 'ਚ ਜਿਗਰਾ ਨਹੀਂ ਸੀ ਜਾਂ ਕੰਮ ਕਰਨ ਦਾ ਮਕਸਦ ਹੀ ਨਹੀਂ ਸੀ ਦਿਮਾਗ 'ਚ ਕੀ ਸੀ ਤੁਸੀਂ 72 ਸਾਲ 70 ਸਾਲ ਦੀ ਗੱਲ ਕਰਦੇ ਹੋ ਤੁਸੀਂ 70 ਸਾਲਾਂ ਦੀ ਤੁਸੀਂ ਦੱਸ ਦਿੰਦੇ ਵੀ ਭਾਈ ਅਸੀਂ ਐਫਰਟ ਕਰੇ ਸਾਡੇ ਤੋਂ ਤਾਂ ਇਹ ਹੋਇਆ ਨਹੀਂ ਹੂੰ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਦੌਰ ਚੱਲਦੇ ਰਹੇ ਠੀਕ ਹੈ ਤੁਹਾਡਾ ਵੀ ਹਿੱਸਾ ਪਣਦਾ ਉਹਦੇ 'ਚ ਤੁਹਾਨੂੰ ਕੌਣ ਮੁਨਕਰ ਕਰਦਾ ਤੁਸੀਂ ਆਪਣੀ ਗੱਲ ਕਰੋ ਵੀ ਅਸੀਂ ਵੀ ਕੀਤਾ ਸੀ ਭਾਈ ਹੂੰ ਅਸੀਂ ਵੀ ਕੀਤਾ ਸਾਡਾ ਵੀ ਥੋੜਾ ਬੋਤਾ ਰੋਲ ਹੈਗਾ ਤਾਂ ਲੋਕਾਂ ਨੂੰ ਦੱਸੋ ਉਹ ਜੇ ਰੋਲ ਕੀਤਾ ਹੋਊ ਤਾਂ ਹੀ ਦੱਸਣਗੇ ਨਾ ਜੀ ਜੇ ਅੱਜ ਕ੍ਰੈਡਿਟ ਮਿਲ ਰਿਹਾ ਤਾਂ ਜਾਣਾ ਵੀ ਚਾਹੀਦਾ ਸਿੱਧੂ ਨੂੰ ਤੂੰ ਦੋ ドラਮਾ ਕੋਈ ਨਹੀਂ ਸਿੱਧੂ ਇਸ ਦੇ ਕਾਬਿਲ ਹੈ ਜੇ ਲੋਕ ਉਹਦਾ ਸਨਮਾਨ ਕਰ ਰਹੇ ਨੇ ਤਾਂ ਇਹ ਵੱਡਾ ਬਣਾ ਹੈ ਲੋਕਾਂ ਦਾ ਜੀ ਪਰਮਿੰਦਰ ਇੱਥੇ ਹੁਣ ਆਪਾਂ ਇੱਕ ਖਬਰ ਵੱਡੀ ਖਬਰ ਜਿਹੜੀ ਪੰਜਾਬੀ ਜਾਗਰਨ ਦੇ ਵਿੱਚ ਲੱਗੀ ਹੈ ਪਰਾਲੀ ਨਾ ਫੂਕਣ ਤੇ ਮਿਲਣਗੇ 1000 ਰੁਪਏ ਇعلان ਹਰਿਆਣਾ ਸਰਕਾਰ ਨੇ ਕੀਤਾ ਤੇ ਹਰਿਆਣਾ ਸਰਕਾਰ ਨੇ ਕਿਹਾ ਕਿ ਛੋਟੇ ਤੇ ਸਰਹੱਦੀ ਕਿਸਾਨਾਂ ਨੂੰ ਵੀ ਇਸ ਯੋਜਨਾ ਦਾ ਫਾਇਦਾ ਮਿਲੇਗਾ ਦੇਖੋ ਸਾਰੇ ਪਾਸੇ ਐਲਾਨ ਹੋ ਰਿਹਾ ਪਰ ਸਾਡੀ ਪੰਜਾਬ ਸਰਕਾਰ ਕਿਸਾਨਾਂ ਦੇ ਉੱਤੇ ਪਰਚੇ ਤੇ ਪਰਚੇ ਕਰ ਰਹੀ ਹੈ ਪੰਜਾਬ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰਦੀ ਕੀ ਕਰੂ ਦੇਖੋ ਬਾਤਾਂ ਪੜਨ ਨੂੰ ਬੰਦਲਾ ਕਰਨ ਦੇ ਲਈ ਜੇ ਕੋਈ ਜ਼ਿੰਮੇਵਾਰਾ ਚਾਹੇ ਕੋਈ ਇਹ ਪ੍ਰਾਲੀ ਦੀ ਗੱਲ ਨਹੀਂ ਕਰਦੇ ਆਪਾਂ ਕੱਲਾ ਪ੍ਰਾਲੀ ਦਾ ਯੋਗਦਾਨ ਹੈਗਾ ਸੁਖਵਿੰਦਰ ਇਹਦੇ ਵਿੱਚ ਮੰਨਣ ਵਾਲੀ ਗੱਲ ਹੈ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕੇਵਲ ਤੇ ਕੇਵਲ ਪ੍ਰਾਲੀ ਨਾਲ ਹੀ ਹੂੰ ਸਾਰਾ ਕੁਝ ਹੋ ਰਿਹਾ ਵੱਡੀਆਂ ਵੱਡੀਆਂ ਇੰਡਸਟਰੀਆਂ ਨੇ ਜਿਹੜੀਆਂ ਅੱਜ ਪ੍ਰੋਡਕਸ਼ਨ ਫੈਲਾ ਰਹੀਆਂ ਨੇ ਆਪਣੇ ਪ੍ਰੋਡਕਸ਼ਨ ਦੇ ਨਾਮ ਤੇ ਉਹ ਪੋਲਿਊਸ਼ਨ ਵੱਧ ਫੈਲਾ ਰਹੀਆਂ ਨੇ ਉਹ ਵਾਤਾਵਰਣ ਨੂੰ ਗੰਦਲਾ ਕਰ ਰਹੀਆਂ ਉਹਨਾਂ ਤੇ ਵੀ ਨਕੇਲ ਕਸੀ ਜਾਣੀ ਚਾਹੀਦੀ ਆ ਜਿਹੜੇ ਬੰਬ ਪਟਾਕੇ ਚੱਲਦੇ ਨੇ ਇਹਨਾਂ ਤੇ ਵੀ ਨਕੇਲ ਕਸੀ ਜਾਣੀ ਚਾਹੀਦੀ ਸਾਰਿਆਂ ਦਾ ਰੋਲ ਹੈ ਪਾਣੀ ਨੂੰ ਗੰਦਲਾ ਕਰਨ ਦੇ ਵਿੱਚ ਤੇ ਵਾਤਾਵਰਣ ਨੂੰ ਆ ਧੂਆਂ ਜਿਹੜਾ ਹੈਗਾ ਜਿਸ ਵੀ ਤਰੀਕੇ ਨਾਲ ਪ੍ਰਦੂਸ਼ਨ ਫੈਲਦਾ ਸਭ ਤੇ ਇਹ ਪੰਜਾਬ ਸਰਕਾਰ ਇਦਾਂ ਦਾ ਕੋਈ ਕ੍ਰੈਡਿਟ ਦੇ ਕੇ ਇਹਨਾਂ ਨੂੰ ਕਿਸਾਨਾਂ ਨੂੰ ਕੋਈ ਮੋਬਾਈਲ ਟਾਈਪ ਦੇ ਕੇ ਪ੍ਰਾਣੀ ਦਾ ਕੋਈ ਹੱਲ ਕਰ ਦਿੰਦੇ ਆ ਤਾਂ ਲੋਕ ਕਿਉਂ ਫੁੱਕਣ ਜੀ ਪਰਮਿੰਦਰ ਅਖੀਰ ਵਿੱਚ ਜਿਹੜਾ ਅਸੀਂ ਮਹਾਰਾਸ਼ਟਰ ਵਾਲੀ ਗੱਲ ਕਰ ਲੈਂਦੇ ਆ ਸਮਾਂ ਆਪਣੇ ਕੋਲ ਬਹੁਤ ਘੱਟ ਹੈ 2 ਮਿੰਟ ਦਾ ਸਮਾਂ ਬਸ ਇਹਦੇ ਵਿੱਚ ਗੱਲ ਇਹ ਹੈ ਕਿ ਸ਼ਿਵ ਸੈਨਾ ਖੁੰਜੀ ਹੁਣ ਐਨਸੀਪੀ ਨੂੰ ਸੱਦਾ ਜਗ ਬਾਣੀ ਦੀ ਖਬਰ ਆ ਤਮਾਮ ਅਖਬਾਰਾਂ ਦੀਆਂ ਸੁਰਖੀਆਂ ਆਪੋ ਆਪਣੇ ਢੰਗ ਨਾਲ ਨੇ ਕਿ ਭਾਜਪਾ ਨਾਲ ਉਹ ਗੱਠ ਜੋੜ ਵੀ ਤੋੜ ਚੁੱਕੇ ਨੇ ਕੇਂਦਰ ਵਿੱਚੋਂ ਵੀ ਆਪਣਾ ਵਜ਼ੀਰ ਵਾਪਸ ਬੁਲਾ ਲਿਆ ਤੇ ਹੁਣ ਮਹਾਰਾਸ਼ਟਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਦੀ ਚਾਹ ਸੀ ਉਹ ਵੀ ਹੁਣ ਤਕਰੀਬਨ ਖਤਮ ਹੋ ਚੁੱਕੀ ਹੈ ਉਹਨਾਂ ਦੇ ਕੀਵੇਂ ਦੇਖਦੇ ਹੋ ਇਹ ਵੱਡੀ ਮਤਲਬ ਭਾਜਪਾ ਦੀ ਆਪਣੀ ਭਾਈਵਾਲ ਪਾਰਟੀ ਉਹਦੇ ਤੇ ਵਿਸ਼ਵਾਸ ਨਹੀਂ ਕਰਦੀ ਮਤਲਬ ਆਪਣੇ ਅਸੂਲਾਂ ਤੋਂ ਵੀ ਥੱਲੇ ਆਏ ਕਿ ਪਹਿਲਾਂ ਉਹਨਾਂ ਦਾ ਵਿਰੋਧ ਕਰਦੇ ਰਹੇ ਕਾਂਗਰਸ ਐਨਸੀਪੀ ਦਾ ਨਾਲ ਮਿਲ ਕੇ ਬਣਾਉਣ ਦੀ ਯਤਨ ਕੀਤਾ ਤੇ ਉਹ ਵੀ ਗਈ ਹੱਥੋਂ ਤੇ ਇਹਦਾ ਇੱਕ ਗੱਲ ਹੋਰ ਚਲੋ ਉੱਥੇ ਜੋ ਹੋ ਰਿਹਾ ਸਭ ਨੂੰ ਪਤਾ ਹੀ ਆ ਸ਼ਿਵ ਸੈਨਾ ਨੇ ਕਿ ਹਾਂ ਵੀ ਮੈਂ ਸਰਕਾਰ ਬਣਾਉ ਉਹਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ 2 ਦਿਨ ਮੰਗ ਲਏ ਵੀ ਮੈਨੂੰ 2 ਦਿਨ ਦੇ ਦੋ ਰਾਜਪਾਲ ਨੇ ਉਹ ਨਹੀਂ ਮੰਨੀ ਗੱਲ ਤਾਂ ਭਾਜਪਾ ਨਾਲੋਂ ਤੋੜ ਵਿਛੋੜਾ ਹੋ ਗਿਆ ਤੇ ਭਾਜ ਇੱਕ ਗੱਲ ਹੋਰ ਇਹ ਤੇ ਚਾਹੀਏ ਕਿ ਐਨਸੀਪੀ ਜਿਹੜੀ ਨੈਸ਼ਨਲ ਕਾਂਗਰਸ ਪਾਰਟੀ ਹੈ ਉਹਦੇ ਵੱਲੋਂ ਕਿਹਾ ਗਿਆ ਸੀ ਕਿ ਜੇ ਅਸੀਂ ਸ਼ਿਵਸੇਨਾ ਨੂੰ ਤਾਂ ਸਮਰਥਨ ਦਵਾਂਗੇ ਜੇ ਸ਼ਿਵਸੇਨਾ ਆਪਣਾ ਇੱਕੋ ਇੱਕ ਕੇਂਦਰੀ ਮੰਤਰੀ ਹੈ ਜਿਹੜਾ ਕੇਂਦਰ 'ਚ ਬਿਠਾ ਉਹਨਾਂ ਦਾ ਅਰਵਿੰਦ ਸ਼ਾਵੰਤ ਉਹਨੂੰ ਵਾਪਸ ਬੁਲਾਏਗੀ ਤਾਂ ਉਹ ਵੀ ਸ਼ਿਵਾ ਦੇ ਕੇ ਭਾਜਪਾ ਨਾਲੋਂ ਤੋੜ ਵਿਛੋੜਾ ਕਰਕੇ ਆ ਗਿਆ ਇਹਦੀ ਗੱਲ ਇੱਕ ਗੱਲ ਇਹ ਹੈ ਕਿ ਭਾਜਪਾ ਦਾ ਵਿਸ਼ਵਾਸ ਹੈ ਜਿਹੜਾ ਉਹ ਖੋ ਗਿਆ ਔਰ ਉਸ ਪਾਰਟੀ ਨਾਲ ਖੋਇਆ ਜਿਹੜੀ ਉਹਦਾ ਸਭ ਤੋਂ ਵੱਧ ਕਹਿ ਲਓ ਵਿਸ਼ਵਾਸਯੋਗ ਬਣੀ ਸੀ ਔਰ ਵੱਡੇ ਲੰਬੇ ਸਮੇਂ ਤੋਂ ਇਹਨਾਂ ਦਾ ਗੱਠ ਜੋੜ ਚੱਲੇ ਆ ਰਿਹਾ ਸੀ 1984 ਤੋਂ 84 ਤੋਂ ਇਹਨਾਂ ਦਾ ਗੱਠ ਜੋੜ ਜਿਹੜਾ ਹੈਗਾ ਉਹ ਕਿ ਤਰ੍ਹਾਂ ਨਾਲ ਭਾਈਵਾਲੀ ਪਾਰਟੀ ਦੇ ਤੌਰ ਤੇ ਨਿਭਾ ਰਿਹਾ ਹੈ ਤੇ ਆਪਣੇ ਆਪ ਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਸੀ ਇੱਕੋ ਪਰਿਵਾਰ ਕਰਦਾਨ ਦੇ ਸੀ ਇਹਦਾ ਇੱਕ ਅਸਰ ਪੰਜਾਬ ਚ ਵੀ ਦੇਖਣ ਨੂੰ ਮਿਲਦਾ ਹੈ ਅਕਾਲੀ ਦਲ ਨੂੰ ਵੀ ਇਹ ਸਭ ਕੁ ਲੈਣਾ ਚਾਹੀਦਾ ਕਿ ਜੇ ਭਾਜਪਾ ਸ਼ਿਵ ਸੈਨਾ ਨਾਲ ਉੱਥੇ ਨਹੀਂ ਨਿਭਦੀ ਤਾਂ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਨਾਲ ਕਦੇ ਵੀ ਤੋੜ-ਬਿਛੜਾ ਹੋ ਸਕਦਾ ਹੈ ਬਸ਼ਰਤੇ ਕਿ ਅਕਾਲੀ ਦਲ ਮਜ਼ਬੂਤ ਸਥਿਤੀ ਚ ਨਾ ਹੋਵੇ ਤਾਂ ਸਮਝੋ ਕਿ ਜਿਵੇਂ ਸ਼ਿਵ ਸੈਨਾ ਨੂੰ ਛੱਡਿਆ ਭਾਜਪਾ ਨੇ ਤਾਂ ਇੱਥੇ ਵੀ ਅਖਾਲੀ ਦਲ ਨੂੰ ਛੱਡ ਸਕਦੀ ਹੈ ਅਮਿਤ ਸ਼ਾਹ ਔਰ ਮੋਦੀ ਕੇ ਆਉਣ ਤੋਂ ਬਾਅਦ ਇਹ ਵੀ ਹੈ ਸੂਤਰਾਂ ਦਾ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਔਰ ਮੋਦੀ ਹੁਣ ਸਿਪਾਹਸੈਨਾ ਨੂੰ ਇਹ ਗੱਲੋ ਕਿ ਖਤਮ ਕਰਨ ਦੀ ਸੋਚ ਰਹੇ ਨੇ ਬਿਲਕੁਲ 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 ਦੇਖੋ ਸਿਆਸਤ ਦੇ ਵਿੱਚ ਨਾ ਕੋਈ ਪੱਕਾ ਦੋਸਤ ਹੈ ਨਾ ਕੋਈ ਦੁਸ਼ਮਣ ਇਹ ਕਹਾਵਤ ਹਰ ਵਾਰ ਚੱਲਦੀ ਹੈ ਤੇ ਉਹੀ ਕੁਝ ਮਹਾਰਾਸ਼ਟਰ ਦੇ ਵਿੱਚ ਹੋ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਭਾਜਪਾ ਕਦੋਂ ਝਟਕਾ ਦਿੰਦੀ ਹੈ ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਕਿਉਂਕਿ ਅੰਦਰ ਖਾਤੇ ਗੱਲਾਂ ਇਹੀ ਚੱਲਦੀਆਂ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੀ ਇੱਕ ਦੂਜੇ ਜਿਵੇਂ ਅੱਖਾਂ ਕੱਢਦੇ ਨੇ ਕਦੇ-ਕਦੇ ਬਾਦਲ ਸਾਹਿਬ ਸੰਭਾਲ ਲੈਂਦੇ ਨੇ ਤੇ ਹੋ ਸਕਦਾ ਹੈ ਕਿ ਬਾਦਲ ਸਾਹਿਬ ਵੀ ਇਹ ਵੇਖ ਲੈਣ ਕਿ ਪੰਜਾਬ ਚ ਭਾਜਪਾ ਕਿਸ ਤਰ੍ਹਾਂ ਚਟਕਾ ਦਿੰਦੀ ਆ ਅਕਾਲੀ ਦਲ ਨੂੰ ਕਿਉਂਕਿ ਹਰਿਆਣਾ ਦੇ ਵਿੱਚ ਤਾਂ ਚਟਕਾ ਲੱਗ ਚੁੱਕਿਆ ਇਜਾਜ਼ਤ ਦਿਓ ਧੰਨਵਾਦ K5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ